ਫਲਾਈਟ ਰੱਦ ਹੋਣ ਜਾਂ ਕਈ ਘੰਟੇ ਦੇਰੀ ਦੇ ਨਾਲ ਰਵਾਨਾ ਹੋਣ ਤੋਂ ਗੁੱਸੇ ਦੇ ਵਿੱਚ ਆਏ ਕੈਨੇਡੀਅਨਾਂ ਹੁਣ ਟਰਾਂਸਪੋਰਟੇਸ਼ਨ ਏਜੰਸੀ ਦੇ ਕੋਲ ਜਾਣ ਦੀ ਬਜਾਏ ਸਿੱਧਾ ਅਦਾਲਤਾਂ ਦੇ ਵਿੱਚ ਮੁਕੱਦਮੇ ਦਾਇਰ ਕਰ ਰਹੇ ਨੇ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦੇ ਕੋਲ ਸ਼ਿਕਾਇਤਾਂ ਦਾ ਬੈਕਲੌਗ 30000 ਤੋਂ ਟੱਪ ਗਿਆ ਤੇ ਮੁਸਾਫਰਾਂ ਨੂੰ ਸੰਭਾਵਿਤ ਤੌਰ ਤੇ ਏਜੰਸੀ ਉੱਪਰ ਯਕੀਨ ਨਹੀਂ ਰਿਹਾ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ ਨਵੰਬਰ ਦੇ ਵਿੱਚ ਇੱਕ ਪਾਰਲੀਮੈਂਟਰੀ ਕਮੇਟੀ ਅੱਗੇ ਪੇਸ਼ ਅੰਕੜਿਆਂ 'ਚ ਦੱਸਿਆ ਸੀਗਾ ਕਿ ਸ਼ਿਕਾਇਤਾਂ ਦਾ ਬੈਕਲੌਗ ਦਾ 30000 ਤੋਂ ਉੱਪਰ ਹੈ ਅਤੇ ਇਸ ਦੇ ਵਿੱਚ ਕਈ ਸ਼ਿਕਾਇਤਾਂ 18 ਮਹੀਨੇ ਪੁਰਾਣੀਆਂ ਵੀ ਨੇ